के भी 14 किलोमीटर दिता। बेशक बच्चा समझा कोई चंगी गल नहीं हुई, पर नस्ल वेखो कि 14 किलो दुध लोगों दियाँ सज्जर नहीं दिंदियाँ। ये गब हो के भी जो बच्चा सिट गई फिर भी 14 किलो दुध दिता, तो यह कि समा मिलती है जी, क्योंकि असी एक होर भी गल से अगर जोर दे रहे हैं कि उही वजह कामयाब है जी लंबे समय वास्ते साढ़े को मिलती है। ਤਿੰਨ ਚਾਰ ਮਹੀਨੇ ਪਹਿਲਾਂ ਛੱਡਣ ਤੋਂ ਇਹ ਜਿਹੜੀ ਹੈ ਮਿਲਦੀ ਰਹਿੰਦੀ ਹੈ, ਅਤੇ 6-7 ਮਹੀਨੇ ਪੂਰਾ ਤੋਂ ਦਿੰਦੀ ਹੈ। ਸੋ ਇਹੋ ਜਿਹੀਆਂ ਮੱਝਾਂ ਦੀ ਪੰਜਾਬ ਨੂੰ ਜ਼ਰੂਰਤ ਹੈ, ਪੂਰਾ ਹੋਵੇ ਯਾਨੀ ਵੀ ਰਵੀ ਹੋਵੇ। ਸੋ ਬਹੁਤ ਬਹੁਤ ਬਧਾਈਆਂ ਜੀ। ਹਾਂਜੀ ਬਾਈ ਜਿੰਦਰ ਜਿਹੜੇ ਜਾਨਵਰ ਦੇ ਵਿੱਚ ਅਸੀਂ ਗਾਈ ਜਿਹੜੀ ਹੈ ਦੁੱਧੋ ਭੱਜੀ, ਜਿੰਨੇ ਉਹਦੇ ਵਿੱਚ ਵਲ ਹੋਣਗੇ, ਵੈਸੇ ਬੰਦੇ ਚ ਵਲ ਤਾਂ ਮਾਰੇ ਹੋਣ, ਦੂਜੇ ਨੰਬਰ ਵਾਲੀ ਕਿੱਥੇ ਆ ਵੀ ਉਹਦੇ ਵੀ ਜਾਂ ਫਲ ਲੱਭਦੇ ਆ ਨੀਲੇ ਫੁੱਲ ਵਾਲੀ, ਮੇਰੇ ਖਿਆਲ ਦੇ ਵਿੱਚ ਹੁੰਦੇ ਜਿਹੜੇ ਕਵਰੇਜ ਕਰਦੇ ਆ ਉਹਨਾਂ ਨੇ ਵੀ ਆਪਣਾ ਮੈਸੇਜ ਦਾ ਜ਼ੋਰ ਜ਼ੋਰ ਦਾ ਚੁੱਕਣਾ ਇਹ ਜ਼ਰੂਰੀ ਹੈ। ਪਿੰਡ ਤੋਂ ਆਏ ਹੋ ਬਾਪੂ ਵੀ ਬਾਹਰ ਜਾ ਗਿਆ ਸੀ ਪਰ ਇਹਨਾਂ ਨੇ ਪਸ਼ੂ ਨਹੀਂ ਛੱਡੇ, ਤੇ ਇੱਕ ਸਮੇਂ ਮੈਂ ਗੱਲ ਦੱਸਦਾ ਕਿ ਇੱਕ ਵਾਰ ਇਹਨਾਂ ਨੇ ਪਸ਼ੂ ਛੱਡਣ ਦਾ ਫੈਸਲਾ ਕਰ ਲਿਆ, ਤੇ ਇਹਨਾਂ ਸੀ ਕਹਿੰਦਾ ਵੀ ਅਸੀਂ ਖਰੀਦ ਲੈਂਦੇ ਹਾਂ ਕਾਫੀ ਅੱਛੀ ਆ, ਪਰ ਫਿਰ ਇਹਨਾਂ ਟੱਬਰ ਦੇ ਵਿੱਚ ਇਹ ਪੈ ਗਈ ਵੀ ਜੇ ਭਾਈ ਜਿੰਨਾ ਦੇਰ ਤੱਕ ਆਪਣੇ ਪਿੰਡ 'ਚ ਜਾਣਾ ਆਪਣੀਆਂ ਮੱਝਾਂ ਨਹੀਂ ਆਪਾਂ ਦਿੱਤੇ। ਸੱਚੀ ਗੱਲ ਕਿ ਗੱਲ ਸਹੀ ਸੁਣਾ ਆਪੇ।
देखो घोड़ी जी मर्जी भजन वाली होवे जी उहदा जोगी चंगा नहीं ना तो जिद्दी नहीं तो जिहड़ा जानवर भी पैदा करन दा तरीका होंदा बेशक घोड़ी होवे बेशक मंझ होवे जिहदी देर तक उहनूं विखाउणा चंगा नहीं ना ठीक है ना उहदी देर तक मेले दे विच कोई ना कोई स्थान नहीं लैंदी जांदी। तीजी गल जदों भी सानूं भावे बेशक डिपार्टमेंट वास्ते लोड़ पई है बेशक यूनिवर्सिटी वास्ते लोड़ पई है असीं बाई नूं आखिया मंझां चाहीदियां ते साडे इन्ना शकीन है वी मतलब सोनी वी जावे ना सालियां दा मंझां दी गल करी जांदा ट्रक भर के मंझां चल गया यूनिवर्सिटी सो ट्रक भर के मंझां लिया ते यूनिवर्सिटी दे विच ट्रक भर के मंझां छड्ड के आए सो दर्शन सिंह तनाशी दे नाम दे ताड़ियां मार के असीं बहुत बहुत धन्यवाद मेहरबानी जी मेहरबानी आलो बजी आलो आलो हाँ जी ये बाबर बन दी है जी ते बंदे भी मेरे कैद है आलो भाई आलो सारा टब्बर ही आलो फेर ना आखे जो बोलू है जरा मेरा ए अच्छा गुरु जी जी तो तेरी बारे ला देता यार अपनी मर्ज दे बारे सुना यार ਮਰ ਜਵਾਬ ਰਵਾਂਦੀ ਆ ਪਰ ਬਹੁਤ ਲੋਕੀ ਚਾਹੁੰਦੇ ਆ ਜੇ ਉਹ ਵਾਰਸ਼ਾ ਹੀਰ ਦੇ ਸੱਤਾ ਕੀਤੀ ਦਾ ਸੀ ਹਾਂਜੀ ਜਿਹਦਾ ਹੱਕ ਆਪ ਨੂੰ ਮਿਲਦਾ ਨਾ ਰੱਖਿਆ ਇਹਦੀ ਸਿਫਤ ਕੀ ਕੀ ਆ ਸਿਫਤ ਇਹੀ ਆ ਜੀ ਘਰਦਿਆਂ ਦੀ ਪੂਰੀ ਮਦਦ ਆਪਾਂ ਨੂੰ ਤੇ ਜੇ ਘਰਾਂ ਦੇ ਨੂੰ ਪੂਰੀ ਮਦਦ ਹੋਵੇ ਤਾਂ ਬੰਦਾ ਉਹ ਵੀ ਪਰ ਜਿਹੜੇ ਬੰਦੇ ਨੂੰ ਸ਼ੌਂਕ ਨਹੀਂ ਗਾ ਉਹ ਕਰ ਨਹੀਂ ਸੋ ਮੰਦੀ ਗੱਲ ਨੇ ਕਰਦੀ ਵੀ ਜੇ ਘਰ ਵਾਲੀ ਸਾਥ ਦੇ ਵਿੱਚ ਤਾਂ ਮਦਦ ਪਾਉਂਦੀ ਆ दूजे घरे ਮੈਨੂੰ ਆਣਾ ਪੈਂਦਾ ਸਾਰੇ ਸਾਡੇ ਦੇ ਨਾਲ ਦੀਪਕ ਜਾਈਏ ਪਹਿਲਾਂ ਮਜ਼ਾਕੀ ਆ ਜਾਂਦਾ ਫਿਰ ਮੈਨੂੰ ਆਣਾ ਜਾਂਦਾ ਸੁੱਕਾ ਬਣੀ ਆ ਗਿਆ ਸਾਲਕ ਆ ਜਾਂਦਾ ਤੇ ਦੂਜੇ ਪਾਸੇ ਹੋ ਗਿਆ ਗੁੱਡੂ ਆ ਜਾਂਦਾ ਹਾਂਜੀ ਸੋ ਦੇਖੋ ਇੱਕ ਇਲਾਕੇ ਦੇ ਵਿੱਚੋਂ ਜਿਹਨੂੰ ਹਾਰ ਦਾ ਇਲਾਕਾ ਕਹਿੰਦਾ ਤੇ ਮੈਂ ਉਹਦੇ ਬਾਰੇ ਲਿਖਿਆ ਸੀ ਵੀ ਸਾਲਕ ਦਾ ਇਲਾਕਾ ਜਿਹਨੂੰ ਕਦੇ ਹੁੰਦਾ ਹੈ ਹਾਰ ਸੀ ਜੰਗ ਵਾਲੇ ਵੇਰੀਆਂ ਦੇ ਰੇਤਾਂ ਦੇ ਪਹਾੜ ਸੀ ਕਈ ਤੇ ਕੁਹਾੜੀਆਂ ਕੀਤੀ ਹੈ ਵਾਰ ਕੋਈ।